ਬੱਬੂ ਮਾਨ ਦੀ ਆਉਣ ਵਾਲੀ ਨਵੀਂ ਫਿਲਮ ਸ਼ੌਂਕੀ ਸਰਦਾਰ ਦਾ ਟ੍ਰੇਲਰ ਕਦੋਂ ਰਿਲੀਜ਼ ਹੋਵੇਗਾ, ਫਿਲਮ ਕਦੋਂ ਰਿਲੀਜ਼ ਹੋਵੇਗੀ ਅਤੇ ਫਿਲਮ ਦੇ ਵਿੱਚ ਬੱਬੂ ਮਾਨ ਦੇ ਨਾਲ ਕੌਣ ਦਿਖਾਈ ਦੇਣ ਵਾਲਾ, ਅਤੇ ਸਭ ਤੋਂ ਵੱਡਾ ਸਵਾਲ, ਫਿਲਮ ਦਾ ਟੌਪਿਕ ਕੀ ਹੋ ਸਕਦਾ, ਇਹ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ। ਸਾਰੇ ਜਣੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਇਸ ਫਿਲਮ ਦੀ ਸ਼ੂਟਿੰਗ 30 ਅਗਸਤ ਅੱਜ ਹੀ ਸਟਾਰਟ ਹੋਈ ਹੈ ਅਤੇ ਇਸ ਫਿਲਮ ਦੇ ਵਿੱਚ ਨਾਲ ਹੋਣ ਵਾਲੇ ਨੇ ਗੁਰੂ ਰੰਧਾਵਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਤਾਂ ਅੱਜ ਸ਼ੁਰੂ ਹੋਈ ਆ, ਪਰ ਤਿਆਰੀਆਂ ਕੁਝ ਕੁ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀ। ਅਤੇ ਸਭ ਤੋਂ ਵੱਡੀ ਗੱਲ, ਇਸ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਨੇ ਧੀਰਜ ਰਤਨ। ਇਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਪੰਜਾਬੀ ਮੂਵੀ ਆ ਚੁੱਕੀ ਹੈ ਜਿਸ ਦਾ ਨਾਮ ਸੀ ਤੂਫਾਨ, ਅਤੇ ਉਸ ਮੂਵੀ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਮਾਨ ਸਾਹਿਬ ਦੀ ਸ਼ੌਂਕੀ ਸਰਦਾਰ ਮੂਵੀ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ, ਕਿਉਂਕਿ ਦੋਸਤੋ ਤੂਫਾਂਗ ਨੇ ਵੀ ਬਹੁਤ ਵਧੀਆ ਕਲੈਕਸ਼ਨ ਕੀਤੀ ਸੀ ਅਤੇ ਵਧੀਆ ਵੱਡੇ ਲੈਵਲ ਤੇ ਫਿਲਮ ਨੂੰ ਰਿਲੀਜ਼ ਕੀਤਾ ਗਿਆ ਜਿਹੜੀ ਹਿੱਟ ਵੀ ਸਾਬਤ ਹੋਈ। ਅਤੇ ਇੱਕ ਗੱਲ ਤਾਂ ਇਸ ਵਾਰ ਜ਼ਰੂਰ ਕਲੀਅਰ ਹੋ ਚੁੱਕੀ ਆ ਕਿ ਗਨ ਵਾਇਲੈਂਸ ਆਪਾਂ ਨੂੰ ਇਸ ਵਾਰ ਫਿਲਮ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ, ਕਿਉਂਕਿ ਸ਼ੌਂਕੀ ਸਰਦਾਰ ਫਿਲਮ ਦਾ ਨਾਂ ਹੋਵੇ ਅਤੇ ਦੂਜੇ ਪਾਸੇ ਬੰਦੂਕਾਂ ਨਾਲ ਚੱਲਣ, ਇਦਾਂ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਸਟੋਰੀ ਵੀ ਬਹੁਤ ਤਕੜੀ ਹੋਣ ਵਾਲੀ ਆ ਜਿਸ ਚੀਜ਼ ਨੂੰ ਸਾਬਤ ਕਰਦੀ ਆ ਕਿ ਇਸ ਦੇ ਵਿੱਚ ਪ੍ਰੈਜੈਂਸ ਹੋਣ ਵਾਲੀ ਹੈ ਗੁਰੂ ਰੰਧਾਵਾ ਦੀ, ਜਿਹੜਾ ਕਿ ਆਪਣੇ ਆਪ ਵਿੱਚ ਖੁਦ ਇੱਕ ਬਹੁਤ ਵੱਡਾ ਆਰਟਿਸਟ ਆ ਅਤੇ ਪਹਿਲਾਂ ਵੀ ਫਿਲਮਾਂ ਅਤੇ ਗਾਣਿਆਂ ਦੇ ਰਾਹੀਂ ਪੰਜਾਬੀ ਅਤੇ ਦੁਨੀਆ ਭਰ ਦਾ ਮੋਹ ਜਿੱਤ ਚੁੱਕਿਆ। ਜੇਕਰ ਤੁਸੀਂ ਇਸ ਮੂਵੀ ਦੀਆਂ ਹੋਰ ਕਲਿੱਪਸ ਦੇਖਣਾ ਚਾਹੁੰਦੇ ਹੋ ਜਾਂ ਇਸੇ ਫਿਲਮ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰ ਦਿਓ। ਅੱਗੇ ਵੱਧਦੇ ਹੋਏ ਜੇਕਰ ਗੱਲ ਕੀਤੀ ਜਾਵੇ ਫਿਲਮ ਨੂੰ ਰਿਲੀਜ਼ ਕਰਨ ਦੀ, ਤਾਂ ਤੁਹਾਨੂੰ ਦੱਸ ਦਈਏ 24 ਦੇ ਵਿੱਚ ਤਾਂ ਮਸਾਂ ਹੀ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਵੇਗੀ, ਜਿਸ ਤੋਂ ਬਾਅਦ 2025 ਜਾਂ 26 ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਇਹ ਫਿਲਮ ਥੀਏਟਰਸ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ।